ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀਆਂ ਨਿਯੁਕਤੀਆਂ ਬਾਰੇ ਕਮੇਟੀ ਨੇ ਮੁਲਕ ਦੇ ਚੋਟੀ ਦੇ ਅਫਸਰ ਸ਼ਾਹ ਪ੍ਰਦੀਪ ਕੁਮਾਰ ਸਿਨਹਾ ਦੇ ਕੈਬਨਿਟ ਸਕੱਤਰ ਵਜੋਂ ਕਾਰਜਕਾਲ ਦੇ ਵਿੱਚ 1 ਸਾਲ ਦਾ ਇਹਨੂੰ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਤਹਿਤ ਪ੍ਰਦੀਪ ਕੁਮਾਰ ਸਿਨਹਾ ਅਗਲੇ ਸਾਲ ਮੱਧ ਜੂਨ ਤੱਕ ਅਹੁਦੇ ਉੱਤੇ ਰਹਿਣਗੇ। ਜ਼ਿਕਰਯੋਗ ਹੈ ਕਿ ਸਿਨਹਾ ਨੂੰ ਮਈ 2015 ਵਿੱਚ ਕੈਬਨਿਟ ਸਕੱਤਰ ਬਣਾ ਕੇ ਉਹਨਾਂ ਦਾ ਕਾਰਜਕਾਲ 2 ਸਾਲ ਮਿਥਿਆ ਗਿਆ ਸੀ।